ਕਿਸੇ ਗਰੀਬ ਦੀ ਅੱਖ ਬਣ ਜਾਣੀ, ਕਿਸੇ ਗਰੀਬ ਦਾ ਇਲਾਜ ਹੋ ਜਾਣਾ, ਕਿਸੇ ਬੱਚੇ ਦੀ ਪੜ੍ਹਾਈ ਹੋ ਜਾਣੀ, ਕਿਸੇ ਗਰੀਬ ਮਾਂ ਬਾਪ ਦੀ ਧੀ ਵਿਆਹ ਹੋ ਜਾਣੀ, ਇਹ ਜਿਹੜੇ ਛੋਟੇ ਛੋਟੇ ਉਪਰਾਲੇ ਆ ਉਹਦੇ ਨਾਲ ਸਮਾਜ ਦੇ ਵਿੱਚ ਬਹੁਤ ਇੱਕ ਪੋਜ਼ਿਟਿਵਨੈਸ ਆ ਜਾਂਦੀ ਆ। ਕਿਉਂ ਆਪਾਂ ਬਹੁਤ ਸਾਲਾਂ ਤੋਂ 1993 ਤੋਂ ਆਪਾਂ ਜੁੜੇ ਹੋਏ ਹਾਂ ਇਸ ਕੰਮ ਦੁਆਲੇ। ਇਹ ਜਿਹੜਾ ਨਿੰਦਰ ਜਿਹੜਾ ਆਪਣਾ ਐਥੀਕਲ ਡਿਊਟੀ ਨੂੰ ਸਮਝਦੇ ਹੋਏ, ਆਪਣੇ ਇਨਸਾਨੀਅਤ ਫਰਜ਼ ਨੂੰ ਸਮਝਦੇ ਹੋਏ, ਇਹ ਕੋਈ ਦਿਖਾਵਾ ਨਹੀਂ ਹੈ, ਇਹ ਕੋਈ ਬੱਲੇ ਬੱਲੇ ਨਹੀਂ ਹੈ। ਬਹੁਤੇ ਆਪਣੇ ਦਰਸ਼ਕ ਆਪਾਂ ਨੂੰ ਜਾਣਦੇ ਨੇ ਕਿ ਆਪਾਂ ਆਏ ਬਗਾਏ ਵੱਖਰੇ ਵੱਖਰੇ ਕਿਸਮ ਦੇ ਭਲੇ ਦੇ ਕੰਮਾਂ ਵਿੱਚ ਜੁੜੇ ਰਹਿੰਦੇ ਹਾਂ। ਸੁੱਕੀ ਬਾਠ ਦੇ ਵੱਲੋਂ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਦੇ ਵਿੱਚ ਲਗਾਇਆ ਅੱਖਾਂ ਦਾ ਫ੍ਰੀ ਕੈਂਪ। ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਕੀ ਬਾਠ ਦੇ ਵੱਲੋਂ ਆਪਣੇ ਪਿਤਾ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਦੇ ਵਿੱਚ ਆਪਣੇ ਜੱਦੀ ਪਿੰਡ ਦੇ ਵਿੱਚ ਲੋੜਵੰਦ ਲੋਕਾਂ ਦੇ ਲਈ ਅੱਖਾਂ ਦਾ ਫ੍ਰੀ ਕੈਂਪ ਲਗਾਏ, ਜਿਸ ਦੇ ਵਿੱਚ ਵੱਖ ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਅੱਖਾਂ ਦਾ ਚੈੱਕਅਪ ਕਰਵਾਉਣ ਦੇ ਲਈ ਪਹੁੰਚੇ ਹੋਏ ਸੀ। ਜਿੱਥੇ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ, ਉੱਥੇ ਹੀ ਚਸ਼ਮੇ ਵੀ ਵੰਡੇ ਗਏ, ਅਤੇ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਸੀ ਉਹਨਾਂ ਲੋਕਾਂ ਦੀਆਂ ਅੱਖਾਂ ਦਾ ਆਪਰੇਸ਼ਨ ਵੀ ਫ੍ਰੀ ਦੇ ਵਿੱਚ ਕੀਤਾ ਗਿਆ। ਹਾਂਜੀ ਬਿਲਕੁਲ ਜੀ, ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਜਾਜ ਪਿੰਡ ਹਾਦੋ ਫਰਵਾਲਾ ਜਿਹੜਾ ਕਿ ਮੇਰਾ ਜੱਦੀ ਪਿੰਡ ਹੈ, ਇਹਦੇ ਵਿੱਚ ਅੱਜ ਸਰਦਾਰ ਅਰਜਨ ਸਿੰਘ ਬਾਠ ਉਹਨਾਂ ਦੀ ਯਾਦ ਦੇ ਵਿੱਚ ਕੈਂਪ ਆਯੋਜਿਤ ਕੀਤਾ ਗਿਆ, ਜਿਹਦੇ ਵਿੱਚ ਆਲੇ ਦੁਆਲੇ ਦੇ ਇਲਾਕੇ ਤੋਂ ਪਿੰਡ ਵਾਸੀ ਬਹੁਤਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬਹੁਤ ਸਾਰੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦਵਾਈਆਂ ਤੋਂ ਲੈ ਕੇ, ਐਨਕਾਂ ਤੋਂ ਲੈ ਕੇ, ਅਤੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਹਨਾਂ ਦੇ ਆਪਰੇਸ਼ਨ ਆਲਰੇਡੀ ਹੋਣ ਲਈ ਭੇਜ ਦਿੱਤਾ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ। ਇਹ ਜਿਹੜਾ ਨਿੰਦਰ ਜਿਹੜਾ ਆਪਣਾ ਐਥੀਕਲ ਡਿਊਟੀ ਨੂੰ ਸਮਝਦੇ ਹੋਏ, ਆਪਣੇ ਇਨਸਾਨੀਅਤ ਫਰਜ਼ ਨੂੰ ਸਮਝਦੇ ਹੋਏ, ਇਹ ਕੋਈ ਦਿਖਾਵਾ ਨਹੀਂ ਹੈ, ਇਹ ਕੋਈ ਬੱਲੇ ਬੱਲੇ ਨਹੀਂ ਹੈ। ਬਹੁਤੇ ਆਪਣੇ ਦਰਸ਼ਕ ਆਪਾਂ ਨੂੰ ਜਾਣਦੇ ਨੇ ਕਿ ਆਪਾਂ ਆਏ ਬਗਾਏ ਵੱਖਰੇ ਵੱਖਰੇ ਕਿਸਮ ਦੇ ਭਲੇ ਦੇ ਕੰਮਾਂ ਵਿੱਚ ਜੁੜੇ ਰਹਿੰਦੇ ਹਾਂ। ਸੋ ਇਹ ਜਿਹੜਾ ਕਿਸੇ ਗਰੀਬ ਦੀ ਅੱਖ ਬਣ ਜਾਣੀ, ਕਿਸੇ ਗਰੀਬ ਦਾ ਇਲਾਜ ਹੋ ਜਾਣਾ, ਕਿਸੇ ਬੱਚੇ ਦੀ ਪੜ੍ਹਾਈ ਹੋ ਜਾਣੀ, ਕਿਸੇ ਗਰੀਬ ਮਾਂ ਬਾਪ ਦੀ ਧੀ ਵਿਆਹ ਹੋ ਜਾਣੀ, ਇਹ ਜਿਹੜੇ ਛੋਟੇ ਛੋਟੇ ਉਪਰਾਲੇ ਆ ਉਹਦੇ ਨਾਲ ਸਮਾਜ ਦੇ ਵਿੱਚ ਬਹੁਤ ਇੱਕ ਪੋਜ਼ਿਟਿਵਨੈਸ ਆ ਜਾਂਦੀ ਆ। ਕਿਉਂ ਆਪਾਂ ਬਹੁਤ ਸਾਲਾਂ ਤੋਂ 1993 ਤੋਂ ਆਪਾਂ ਜੁੜੇ ਹੋਏ ਹਾਂ ਇਸ ਕੰਮ ਦੁਆਲੇ। ਸੋ ਅੱਜ ਵੀ ਜਿਹੜਾ ਇਹ ਸਮਾਗਮ ਹੋਇਆ, ਮੈਂ ਇਹਦੇ ਵਿੱਚ ਵੈਸੇ ਜਿੰਨੇ ਵੀ ਸਾਡੇ ਵੋਲੰਟੀਅਰ ਸਨ, ਜਿੰਨੇ ਸਾਡੇ ਅੱਜ ਮਰੀਜ਼ ਆਏ, ਉਹਨਾਂ ਦਾ, ਪਿੰਡ ਵਾਸੀਆਂ ਦਾ, ਮੀਡੀਏ ਦਾ, ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ। ਭਾਅ ਜੀ, ਪੰਜਾਬ ਫਰੀ ਦੇ ਵਿੱਚ ਇਸ ਵਾਰ ਤੁਸੀਂ ਜਿਵੇਂ ਨਵੀਆਂ ਕਲਮਾਂ ਨਵੀਂ ਉਡਾਉਣ, ਉਹਦਾ ਵੀ ਇੱਕ ਜਿਹੜਾ 16-17 ਨਵੰਬਰ ਨੂੰ ਰੱਖਿਆ ਤੁਸੀਂ ਕੈਂਪ ਰੱਖਿਆ, ਜਾਂ ਉਸ ਤੋਂ ਬਾਅਦ ਫਿਰ ਹੋਰ ਨਵੀਂ ਪਲੈਨਿੰਗ ਕੀ ਰਹਿ ਗਈ ਹੈ ਨੈਕਸਟ, ਅਤੇ ਇਸ ਦੇ ਵਿੱਚ ਕਿੱਦਾਂ ਦੀ ਸਫਲਤਾ ਰਹੀ ਹੈ? ਹਾਂਜੀ, ਬੜੀ ਹਾਲੇ 6 ਵੀਕਾਂ ਹੀ ਹੋਏ ਸੀ ਗਏ ਨੂੰ, ਅਤੇ ਉਦੋਂ ਵੀ ਆਪਾਂ 13-14 ਸਮਾਗਮ ਕੀਤੇ, ਬੜੇ ਆਲੀ ਸ਼ਾਨ ਸਮਾਗਮ ਕੀਤੇ, ਅਤੇ ਹੁਣ ਵੀ ਜਿਹੜੇ ਨਵੀਆਂ ਕਲਮਾਂ ਨਵੀਂ ਉਡਾਨ ਦੇ ਆਪਾਂ 18 ਵੋਲੀਅਮ 'ਤੇ ਪਹੁੰਚ ਗਏ, 8 ਬੁੱਕਸ ਆਪਣੀਆਂ ਜਿਹੜੀਆਂ ਬੱਚਿਆਂ ਵੱਲੋਂ ਲਿਖੀਆਂ ਗਈਆਂ ਉਹ ਆਪਾਂ ਅਰਪਣ ਕੀਤੀਆਂ ਹੈਗੀਆਂ ਨੇ। ਕਿਉਂ ਜਿੱਥੇ ਅਸੀਂ ਸਮਾਜ ਦੇ ਵਿੱਚ ਹਾਂ ਪੱਖੀ ਨਾਰਾ ਮਾਰਦੇ ਹਾਂ, ਉੱਥੇ ਆਪਣੀ ਮਾਂ ਬੋਲੀ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ। ਸੋ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਉਹ ਜਿਹੜਾ ਨਵੀਆਂ ਕਲਮਾਂ ਨਵੀਂ ਉਡਾਨ ਸਾਰੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ, ਤੁਸੀਂ ਕਈ ਦਿਨਾਂ ਤੋਂ ਉਹਦੀ ਕਵਰੇਜ ਕਰਦੇ ਆ ਰਹੇ ਹੋ, 23 ਜ਼ਿਲ੍ਹਿਆਂ ਵਿੱਚ ਟੀਮਾਂ ਨੇ, ਆਲੇ ਦੁਆਲੇ ਦੇ 6 ਸਟੇਟਸ ਜਿਹੜੇ ਨੇ, ਜਿਸ ਤਰ੍ਹਾਂ ਰਾਜਸਥਾਨ, ਹਿਮਾਚਲ ਪ੍ਰਦੇਸ਼ ਹੋਇਆ, ਮਹਾਰਾਸ਼ਟਰ ਹੋਇਆ, ਹਰਿਆਣਾ ਹੋਇਆ, 6 ਸਟੇਟਸ ਹੋਰ ਰਲੀਆਂ। ਫਿਰ ਇਹ ਪ੍ਰੋਜੈਕਟ ਜਿਹੜਾ ਆਪਾਂ ਮੀਡੀਆ ਦੇ ਰੂਪ ਆਪਾਂ ਦੇਖਦੇ ਹਾਂ, ਫਿਰ ਇਟਲੀ ਗਿਆ, ਜਰਮਨੀ ਗਿਆ, ਫਿਰ ਉਦੋਂ ਬਾਅਦ ਇਹ ਆਸਟ੍ਰੇਲੀਆ ਤੋਂ ਹੁੰਦਾ, ਕੈਨੇਡਾ, ਅਮਰੀਕਾ,
ਸੋ ਜਿੱਥੇ ਆਪਾਂ 37 ਆਪਣੀਆਂ ਇਸ ਵੇਲੇ ਸਰਕਾਰ ਟੀਮਾਂ ਰੋਜ਼ ਕੰਮ ਕਰ ਰਹੀਆਂ ਨੇ ਅਤੇ ਉਹਦੇ ਮੁਤਾਬਕ ਅਸੀਂ ਤਕਰੀਬਨ 1,00,000 ਬੱਚੇ ਦੀਆਂ ਲਿਖਤਾਂ ਨੂੰ ਕਲਾਵੇ 'ਚ ਲੈ ਲਿਆ ਹੈ। ਸੋ 70,000 ਜਿਹੜੀ ਕਿਤਾਬ ਛਪ ਰਹੀ ਹੈ ਇਹਦੀ ਵਰਲਡਵਾਈਡ ਦਾ ਜਿਹੜਾ ਇੱਕ ਪ੍ਰੋਜੈਕਟ ਜਿਹੜਾ 9 ਮਹੀਨੇ ਪਹਿਲਾਂ ਆਪਾਂ ਸ਼ੁਰੂ ਕੀਤਾ ਅਤੇ ਉਹਦੇ ਹੀ 2 ਰੋਜ਼ਾ ਬਾਲ ਲੇਖਕਾਂ ਦੀ ਜਿਹੜੀ ਕਾਨਫਰੰਸ ਹੋ ਰਹੀ, ਪਹਿਲੀ ਵਾਰੀ ਕਦੀ ਬਾਲ ਲੇਖਕਾਂ ਦੀ ਕਾਨਫਰੰਸ ਹੁੰਦੀ ਨਹੀਂ, ਜਿਹਦੇ ਵਿੱਚ ਸਰਦਾਰ ਅਰਜਨ ਸਿੰਘ ਬਾਠ ਉਹਨਾਂ ਦੀ ਯਾਦ ਦੇ ਵਿੱਚ ਤਕਰੀਬਨ 7,00,000 ਰੁਪਏ ਦੇ ਬਾਲਕਾਂ ਦੇ ਇਨਾਮ ਰੱਖੇ ਆ। ਫਿਰ ਉਹਦੇ ਵਿੱਚ ਜਿਹੜੇ ਪਾਰਟੀਸਪੇਟ ਕਰਨ ਆ ਰਹੇ ਨੇ ਲਾਹੌਰ ਤੋਂ ਬੱਚੇ ਆ ਰਹੇ ਨੇ, ਬਾਬਾ ਨਜ਼ਮੀ ਜੀ ਆ ਰਹੇ ਨੇ, ਤਾਰਾ ਸਰਾ ਆ ਰਹੀ ਆ, ਇਟਲੀ ਤੋਂ ਆਸਟ੍ਰੇਲੀਆ ਤੋਂ ਬੱਚੇ ਆ ਰਹੇ ਨੇ, ਕੈਨੇਡਾ ਤੋਂ ਬੱਚੇ ਆ ਰਹੇ ਨੇ। ਸੋ 2 ਰੋਜ਼ਾ ਜਿਹੜਾ ਕਾਨਫਰੰਸ ਹੋਏਗੀ, 1,000 ਬੱਚੇ ਦੀ ਉਹਦੀ ਪਾਰਟੀਸਪੇਸ਼ਨ ਅਨੁਮਾਨ ਲਾਇਆ ਗਿਆ, ਜਿਹੜੇ ਕਿ ਬੱਚੇ ਆਪਾਂ ਆਪਣੇ ਜ਼ਿਲ੍ਹਿਆਂ ਤੋਂ ਕੁਆਲੀਫਾਈ ਹੋ ਕੇ ਅੱਗੇ ਆਉਣਗੇ। ਬੱਚਿਆਂ ਦੀ ਰਿਹਾਇਸ਼ ਦਾ, ਬੱਚਿਆਂ ਦੇ ਖਾਣ ਪੀਣ ਦਾ, ਦੂਰੋਂ ਜਾਣ ਵਾਲੇ ਜਿਹੜੇ ਬੱਚੇ ਨੇ, ਜਿਸ ਤਰ੍ਹਾਂ ਗੁਰਦਾਸਪੁਰ ਲਾ ਲਓ, ਉਹਨੀ ਸੰਗਰੂਰ ਜਾਣਾ, ਉਹਨਾਂ ਦੀ ਬੱਸਾਂ ਉਹਨਾਂ ਲਈ, ਅਤੇ ਸਭ ਤੋਂ ਜ਼ਿਆਦਾ ਜਿਹੜਾ ਬੱਚਿਆਂ ਦੀ ਸਿਕਿਉਰਿਟੀ ਦਾ ਜਿਹੜਾ ਬੰਦੋਬਸਤ, ਉਹ ਆਪਾਂ ਜਿਹੜਾ 12 ਤਰੀਕ ਨੂੰ ਜਲੰਧਰ ਆਪਾਂ ਤਕਰੀਬਨ 130 ਜਿਹੜੇ ਆਪਣੇ ਮੈਂਬਰ ਨੇ ਉਹਨਾਂ ਦੀ ਆਪਾਂ ਮੀਟਿੰਗ ਕੀਤੀ, ਤੁਸੀਂ ਉਹਨੂੰ ਕਵਰੇਜ ਵੀ ਕੀਤਾ, ਅਤੇ ਉਹ ਸਾਰੇ ਰਲ ਮਿਲ ਕੇ ਸਾਰੇ ਇਹ ਚੀਜ਼ਾਂ ਤੈਅ ਹੋ ਗਈਆਂ ਨੇ ਅਤੇ ਇੱਕ ਬਹੁਤ ਵਧੀਆ ਸਮਾਗਮ ਹੋਏਗਾ। ਬਾਠ ਸਾਹਿਬ ਨੂੰ ਧੀਆਂ ਦਾ ਦਾਨੀ ਅਤੇ ਪੰਜਾਬ ਭਵਨ ਦਾ ਬਾਨੀ ਵੀ ਕਿਹਾ ਜਾਂਦਾ। ਹਾਂਜੀ, ਧੀਆਂ ਤੋਰਨ ਦਾ ਇਸੇ ਵਿਹੜ ਦੇ ਵਿੱਚ ਕਾਰਜ ਆਰੰਭ ਜਾਂਦੇ, ਸ਼ਗਨਾਂ ਦਾ ਵਿਹੜਾ ਵੀ ਹੈ। ਹਾਂਜੀ, ਇਹ ਫੇਰ ਵਿਹੜੇ 'ਚ ਰੌਣਕਾਂ ਕਦੋਂ ਲੱਗਣਗੀਆਂ? ਹਾਂਜੀ ਜੀ, ਸ਼ਗਨਾਂ ਦੇ ਵਿਹੜੇ ਨਵੰਬਰ ਮਹੀਨੇ ਵਿੱਚ ਆਲੇ ਦੁਆਲੇ ਪਿੰਡਾਂ ਵਿੱਚ, ਪਿੰਡ ਵਿੱਚ ਸੱਦਾ ਦੇ ਦਿੱਤਾ ਗਿਆ ਅਤੇ ਬੱਚੀਆਂ ਦੇ ਆਪਣੇ ਰਿਸ਼ਤੇ ਕਰ ਲਓ ਅਤੇ ਦੇਖੋ ਕਿੰਨੀ ਗਿਣਤੀ ਹੋਈ, ਬਾਬਾ ਵਾਹਿਗੁਰੂ ਮਿਹਰ ਕਰੇ, 25-30-35 ਬੱਚੀਆਂ ਤਾਂ ਘੱਟੋ ਘੱਟ ਹੋਣਗੀਆਂ ਨਾ। ਸੋ ਆਪਾਂ ਵਧੀਆ ਢੋਲ ਵਜਾਵਾਂਗੇ, ਵਧੀਆ ਉਹਨਾਂ ਦੇ ਘਰ ਵਸਾਉਣ ਨੂੰ ਉਹਨਾਂ ਨੂੰ ਸਮਾਨ ਦੇਵਾਂਗੇ, ਉਹਨਾਂ ਦਾ ਵਸੇਵਾ ਵਧੀਆ ਕਰਾਂਗੇ। ਮਤਲਬ ਕੋਸ਼ਿਸ਼ ਹੈ ਕਿ ਸਰਦਾਰ ਅਰਜਨ ਸਿੰਘ ਬਾਠ ਦਾ ਜਿਹੜਾ ਘਰ ਆ ਬੜਾ ਕਰਮ ਵਾਲਾ ਘਰ ਆ। ਬਾਠ ਸਾਹਿਬ ਆਪਣੇ ਜੱਦੀ ਘਰ ਜਿੱਥੇ ਜਾਂਦੇ ਕਲੇ, ਜਿੱਥੋਂ ਜਵਾਨ ਹੋ ਕੇ ਵਿਦੇਸ਼ ਦੀ ਧਰਤੀ ਦੇ ਗਏ, ਯਾਦਾਂ ਪੁਰਾਣੇ ਯਾਦ ਕਿੰਨੇ ਕੁ ਮਿਲੇ ਨੇ, ਕਿੰਨਾ ਕੁ ਮਨ ਭਾਵੁਕ ਹੈ, ਕਿੰਨਾ ਕੁ ਮਨ 'ਚ ਖੁਸ਼ੀ ਹੈ? ਹਾਂ ਬਿਲਕੁਲ ਜੀ, ਬੇਸ਼ੱਕ ਮੈਂ ਬਹੁਤ ਆਉਂਦਾ ਹਾਂ, ਪਰ ਮੈਂ ਅਕਸਰ ਆਲਮੋਸਟ ਹਰੇਕ ਦਿਨ ਹੀ ਪਿੰਡ ਗੇੜਾ ਮਾਰਦਾ, ਬੇਸ਼ੱਕ ਮੇਰੇ ਹੈ ਸ਼ਹਿਰ ਆ। ਅਤੇ ਇਹ ਜਿਹੜੀਆਂ ਪਹਿਲੀ ਤਾਂ ਪਿੰਡ ਜਿਹੜਾ ਹੈ ਮਤਲਬ ਆਪਣਾ ਹੀ ਹੁੰਦੀ ਚੀਜ਼, ਫਿਰ ਜਿਹੜਾ ਘਰ ਹੁੰਦਾ ਹੈ, ਜਿਸ ਘਰ 'ਚ ਮੈਂ ਜੰਮਿਆ, ਜਿਸ ਕੰਮ 'ਚ ਮੈਂ ਫਰਸ਼ 'ਤੇ ਮੈਂ ਰੁੜਦਾ ਰਿਹਾ, ਹੌਲੀ ਹੌਲੀ ਫਿਰ ਜਵਾਨ ਹੋਇਆ, ਇਹਦੀ ਇੱਕ ਕੰਧ ਨੂੰ ਹੱਥ ਲਾਇਆ ਮਹਿਸੂਸ ਕਰ ਸਕਦੇ, ਰਾਈਟ? ਫਿਰ ਮਾਤਾ ਪਿਤਾ ਵੱਲੋਂ ਕਿ ਚੀਜ਼ਾਂ ਬਣੀਆਂ, ਮਾਤਾ ਦਾ ਸੰਦੂਕ ਅੰਦਰ ਪਿਆ, ਮੰਜੇ ਪਏ ਨੇ, ਪੀੜੀਆਂ ਪਈਆਂ ਨੇ, ਚੁੱਲ੍ਹੇ ਦਾ ਸਮਾਨ, ਭੂਕ ਨੇ, ਤਵੀਆਂ ਦਾਤੀਆਂ ਪਈਆਂ ਨੇ, ਉਹ ਸਾਰਾ ਕੁਝ ਸਾਂਭ ਕੇ ਰੱਖਿਆ ਹੋਇਆ। ਸੋ ਇਸ ਕਰਕੇ ਬੜਾ ਲਗਾਓ ਹੈ। ਅਤੇ ਵੈਸੇ ਮੈਂ ਇੱਕ ਪਿੱਛੇ ਇੱਕ ਪੋਸਟ ਵੀ ਪਾਈ ਸੀ ਵੀ ਪੰਜਾਬ ਇਜ਼ 0 ਕਿਲੋਮੀਟਰ ਫਰੋਮ ਮਾਈ ਹਾਰਟ, ਮੇਰੇ ਦਿਲ ਤੋਂ 0 ਕਿਲੋਮੀਟਰ ਹੈ ਪੰਜਾਬ। ਸੋ ਇਸ ਕਰਕੇ ਬੜਾ ਲਗਾਓ ਆ ਪੰਜਾਬ, ਤਾਂਹੀਓ 6-8 ਹਫ਼ਤੇ ਬਾਅਦ ਆ ਜਾਂਦੇ ਹਾਂ, ਅਤੇ ਹੁਣ ਅਗਸਤ ਦੀ ਫੇਰੀ ਹੋਏਗੀ, ਫਿਰ ਉਦੋਂ ਬਾਅਦ ਨਵੰਬਰ ਦੀ ਫੇਰੀ ਹੋਏਗੀ। ਕਿੱਦਾਂ ਦਾ ਰਿਹਾ ਹੈ ਜਿਹੜੀ ਹੁਣ ਜੂਨ ਦੀ ਫੇਰੀ ਹੈ, ਕਿੰਨਾ ਪ੍ਰਭਾਵਸ਼ਾਲੀ ਰਿਹਾ, ਕਿੰਨਾ ਮਨ ਨੂੰ ਸਕੂਨ ਮਿਲਿਆ ਜੋ ਸੁਪਨੇ ਲੈ ਕੇ ਆਏ ਸੀ ਉਸ ਸਰਕਾਰ ਦੇ? ਹਾਂ ਬਿਲਕੁਲ, ਸਾਰੇ ਦੇ ਸਾਰੇ ਅਚੀਵ ਹੋਏ ਜਿੰਨੇ ਸਮਾਗਮ ਸੀਗੇ। ਦੇਖ ਲਓ ਵੀ ਬੜੀ ਦੂਰ ਦੂਰ ਤਾਈਂ ਤੁਸੀਂ ਵੀ ਟਰੈਵਲ ਕਰਦੇ ਰਹੇ ਹਾਂ, ਆਪਾਂ ਮਾਲਵੇ ਦੇ ਫਾਰ ਬਾਰਡਰ ਤਾਈਂ ਜਾ ਕੇ ਉੱਥੇ ਵੀ ਸਮਾਗਮ ਹੋਏ, ਗੁਰਦਾਸਪੁਰ ਵੀ ਸਮਾਗਮ ਹੋਏ, ਸਾਰਾ ਪੰਜਾਬ ਹੀ ਤਕਰੀਬਨ ਆਪਾਂ ਸਮਾਗਮ ਹੋਏ ਨੇ। ਅਤੇ ਆਉਣ ਵਾਲੇ ਟਾਈਮ 'ਚ ਮੈਨੂੰ ਬਹੁਤ ਵੱਡੀ ਆਸ ਹੈ ਕਿ ਜਿਹੜਾ ਅਗਸਤ ਵਾਲਾ ਟ੍ਰਿਪ ਹੋਏਗਾ ਉਹਦੇ ਵਿੱਚ ਵੀ ਔਲਰੇਡੀ ਜਿਹੜੇ 12 ਸਮਾਗਮ ਬੁੱਕ ਹੋ ਚੁੱਕੇ ਨੇ,
15-18 ਸਮਾਗਮ ਤੇ ਹੋਣਗੇ। ਪਰ ਜਿਹੜਾ ਮੰਥ ਨਵੰਬਰ ਹੈ ਉਹ ਬਹੁਤ ਬਿਜ਼ੀ ਮੰਥ ਹੋਏਗਾ, ਕਿ ਉਹ ਇੱਕ ਵੱਡੀ ਕਾਨਫਰੰਸ ਹੈ, ਦੂਸਰੀ ਕਾਨਫਰੰਸ ਜਿਹੜੀ 26-27 ਨੂੰ ਧਰਮਸ਼ਾਲਾ ਵਿੱਚ ਹਿਮਾਚਲ ਯੂਨੀਵਰਸਿਟੀ ਨਾਲ ਆਪਣੀ ਜਿਹੜੀ MOU ਸਾਈਨ ਹੋਇਆ ਉਹਦੇ ਅਧੀਨ 2 ਰੋਜ਼ਾ ਕਾਨਫਰੰਸ ਉਹ ਆ। ਫਿਰ ਬੱਚੀਆਂ ਦੀਆਂ ਸ਼ਾਦੀਆਂ ਵੀ ਹੋਣੀਆਂ ਨੇ, ਸੋ ਉਹ ਟ੍ਰਿਪ ਵੀ ਥੋੜ੍ਹਾ ਲੰਬਾ ਹੋਏਗਾ, 5 ਕੁ ਹਫ਼ਤੇ ਦਾ ਹੋਏਗਾ, ਅਤੇ ਵਾਹਿਗੁਰੂ ਮਿਹਰ ਕਰੇਗਾ ਕਿ ਉਹ ਵੀ ਟ੍ਰਿਪ ਵੀ ਬਹੁਤ ਵਧੀਆ ਹੋ ਜਾਏਗਾ। ਤੁਹਾਡਾ ਮੇਰਾ ਨਾਂ ਕੇਵਰਾਮ ਆ ਜੀ। ਕਿਹੜਾ ਪਿੰਡ ਤੁਹਾਡਾ? ਹਾਂ, ਪਿੰਡ ਹਰਦੋ ਬਰੋਲਾ ਜੀ। ਅੱਛਾ, ਅੱਜ ਬਾਠ ਸਾਹਿਬ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ। ਹਾਂਜੀ, ਬਹੁਤ ਧੰਨਵਾਦ ਜੀ ਇਹਨਾਂ ਦਾ। ਕਾਹਦਾ ਕੈਂਪ ਲਾਇਆ? ਕੀ ਅੱਖਾਂ ਵਾਸਤੇ ਜੀ, ਅੱਖਾਂ ਦਾ ਚੈੱਕ ਕੀਤਾ ਜੀ ਨਹੀਂ। ਅੱਛਾ ਜੀ। ਬਈ ਜਾਣੀ ਜਿਹੜੀ ਗਰੀਬਾਂ ਦੀ ਲਾਈਟ ਹੈ ਨਹੀਂ, ਜਾਂ ਫਿਰ ਦਵਾਈ ਪਾਉਣੀ ਆ, ਜਾਂ ਐਨਕ ਲੱਗਣੀ ਆ, ਬਹੁਤ ਇਹਨਾਂ ਦਾ ਧੰਨਵਾਦ ਜੀ। ਅੱਗੇ ਬਾਠ ਸਾਹਿਬ ਪਿੰਡ ਵਿੱਚ ਕੁੜੀਆਂ ਦੇ ਵਿਆਹ ਕਰਦੇ? ਹਾਂਜੀ, ਅੱਗੇ ਕੁੜੀਆਂ ਦੇ ਵਿਆਹ ਕਰਦੇ ਸੀਗੇ, ਅਤੇ ਸ਼ਾਬਾਸ਼ ਇਹਨਾਂ ਦੀ, ਬਹੁਤ ਧੰਨਵਾਦ ਜੀ ਇਹਨਾਂ ਦਾ। ਅਸੀਂ ਕਹਿੰਦੇ ਵੀ ਮਹਾਰਾਜ ਦਿਨ ਦੁੱਗਣੀ ਰਾਤ ਚੌਕਣੀ ਕਰੇ। ਅਤੇ ਵਿਦੇਸ਼ ਰਹਿ ਕੇ ਵੀ ਪਿੰਡ ਨਾਲ ਮੋਹ ਰੱਖਦੇ ਆ? ਹਾਂਜੀ, ਇਸ ਮਿੱਟੀ ਨਾਲ ਮੋਹ ਰੱਖਦੇ ਆ ਜੀ। ਹਾਂਜੀ, ਬਹੁਤ ਧੰਨਵਾਦ ਜੀ। 9 ਸਾਲ ਤੋਂ ਗਏ ਹੋਏ? ਕਦੇ ਪਹਿਲਾਂ? ਕਾਫੀ ਸਾਲ ਹੋ ਗਿਆ ਜੀ ਗਿਆ ਨੂੰ ਇਹਨਾਂ ਨੂੰ, ਹੁਣ ਗਿਣਤੀ ਦਾ ਤਾਂ ਅੰਦਾਜ਼ਾ ਕੋਈ ਹੈ ਨੀਗਾ, ਕਾਫੀ ਸਾਲ ਹੋ ਗਏ ਇਹਨਾਂ ਨੂੰ ਗਿਆ ਨੂੰ। ਜਦੋਂ ਪਿੰਡ ਆਉਂਦੇ ਪਿੰਡ ਨਾਲ ਮੋਹ ਕਿੰਨਾ ਰੱਖਦੇ? ਪਿੰਡ ਨਾਲ ਮੋਹ ਰੱਖਦੇ, ਚਾਹੇ ਕੋਈ ਬੱਚਾ ਆ, ਚਾਹੇ ਕੋਈ ਸਿਆਣਾ ਆ, ਸਾਰਿਆਂ ਨੂੰ ਇੱਦਾਂ ਕਲਾ ਵਿੱਚ ਲੈਂਦੇ ਆ। ਹਾਂਜੀ, ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜੀ। ਦੇਖੋ ਜੀ, ਜਿਹੜਾ ਉਪਰਾਲਾ ਕੀਤਾ ਗਿਆ, ਤੈਨੂੰ ਕੋਈ ਗਰੀਬ ਨਹੀਂ ਵੀ ਓਪਰੇਸ਼ਨ ਕਰਾ ਸਕਦਾ, ਨਹੀਂ ਲੰਚ ਪਵਾ ਸਕਦਾ। ਇਹਨਾਂ ਦੇ ਉਪਰਾਲੇ ਦੇ ਨਾਲ ਅਗਲੇ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਆ, ਇਸ ਤੋਂ ਵੱਧ ਕੇ ਹੋਰ ਕੀ ਚਾਹੀਦਾ? ਹੋਰ ਵੀ ਜਦੋਂ ਬਹੁਤ ਸਾਰੇ ਕੰਮ ਕਰ ਰਹੇ ਕੁੜੀਆਂ ਦੇ ਵਿਆਹ ਕਰਦੇ ਨੇ, ਹੁਣ ਮੂਹਰੇ 11ਵੇਂ ਮਹੀਨੇ ਦੇ ਵਿੱਚ ਲੜਕੀਆਂ ਦੇ ਵਿਹਾਰ ਕਰਨੇ ਆ, ਵੀ ਨਹੀਂ ਸਭ ਕੁਛ ਕਰਨਾ, ਯਾਨੀ ਕਿ ਜਦ ਵੀ ਆਉਂਦੇ ਕੋਈ ਨਾ ਕੋਈ ਪਿੰਡ ਦੇ ਵਿੱਚ ਫੰਕਸ਼ਨ ਜਾਂ ਇੱਦਾਂ ਦਾ ਪ੍ਰੋਗਰਾਮ ਕਰਦੇ ਰਹਿੰਦੇ। ਕਿੱਦਾਂ ਨੇ ਫਾਇਦਾ ਲਿਆ? ਬਹੁਤ ਵਧੀਆ, ਬਹੁਤ ਦੁਨੀਆ ਫਾਇਦਾ ਲੈ ਚੁੱਕੀ ਆ, ਵਿਆਹ ਸ਼ਾਦੀਆਂ ਵਾਸਤੇ ਵੀ ਦੁਨੀਆ ਬਹੁਤ ਆਪਣੀਆਂ ਧੀਆਂ ਦੀਆਂ ਗਰੀਬੀ ਉਠਾ ਰਹੇ ਆ, ਇਹਨਾਂ ਵਾਸਤੇ ਬਹੁਤ ਵਧੀਆ ਗੱਲ ਹੈ। ਇਹਨਾਂ ਨੂੰ ਸਾਰੀ ਤਰ੍ਹਾਂ ਹੀ ਸਹੀ ਸਲਾਮਤ, ਸਭ ਪਿੰਡ ਬਹੁਤ ਵਧੀਆ ਕਹਿੰਦੇ ਨੇ। ਅਮੀਰ ਤਾਂ ਬਹੁਤ ਲੋਕ ਨੇ, ਪਰ ਦਿਲ ਬਹੁਤ ਘੱਟ ਹੁੰਦੇ। ਹਾਂਜੀ, ਇਹਨਾਂ ਦਾ ਦਿਲ ਸਭ ਨਾਲੋਂ ਵੱਡਾ ਹੈ। ਅੱਛਾ, ਇਹ ਸਹੀ ਹੈ, ਸਾਰੇ ਗਰੀਬਾਂ ਵਾਸਤੇ ਸੋਚਦੇ ਆ, ਸਾਰੇ ਨਗਰ ਵਾਸਤੇ ਸੋਚਦੇ ਆ, ਇਹਨਾਂ ਦੇ ਵਿੱਚ ਹੰਕਾਰ ਹੈ ਨਹੀਂ, ਦੁਨੀਆ ਮਾਣ ਰੱਖਦੀ, ਇਹਨਾਂ ਵਿੱਚ ਮਾਣ ਹੈ ਨਹੀਂ। ਪਿੰਡ ਦੇ ਵਿੱਚ ਧੀਆਂ ਦੇ ਵਿਆਹ ਵੀ ਹੁੰਦੇ ਨੇ, ਉਦੋਂ ਵੀ ਜਿਹੜੀਆਂ ਕਾਫੀ? ਹਾਂਜੀ, ਸਾਰੀ ਤਰ੍ਹਾਂ ਮਦਦ ਕਰਦੇ ਗਰੀਬਾਂ ਵਾਸਤੇ, ਅੱਖਾਂ ਦੇ ਕੈਂਪ ਵੀ ਲਗਾਏ ਜਾਂਦੇ ਆ, ਤਾਂ ਸ਼ਾਦੀਆਂ ਵੀ ਕਰਦੇ ਆ, ਦਾਜ ਦਹੇਜ ਵੀ ਦਿੰਦੇ ਆ, ਲੋੜ ਤੋਂ ਬਾਹਰ ਜੋ ਜੋ ਚੀਜ਼ ਆ ਸਾਰੀ ਦਿੱਤੀ ਜਾਂਦੀ ਆ। ਜਿਹਨਾਂ ਦੀ ਸੋਚ ਵਧੀਆ ਗਰੀਬਾਂ ਵਾਸਤੇ, ਬਹੁਤ ਵਧੀਆ, ਖੁਸ਼ ਰਹਿੰਦੇ, ਹਰ ਇੱਕ ਨੂੰ ਹੱਸ ਕੇ ਬੁਲਾਉਂਦੇ ਆ, ਹਰ ਇੱਕ ਦਾ ਮਾਣ ਕਰਦੇ, ਘਰ ਆ ਜਾਂਦੇ, ਇੱਜ਼ਤ ਮਾਣ ਕਰਦੇ ਆ।